ਹਾਲੇਲੂਯਾ ਹਾਲੇਲੂਯਾ ਔਰ ਪਰਮੇਸ਼ਰ ਕਹਿ ਲੋਕੋ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਯਿਸੂ ਮਸੀਹ ਤੇ ਵਿਸ਼ਵਾਸ ਕਰੇ, ਇਨਸਾਨ ਨੂੰ ਚਾਹੀਦਾ ਹੈ ਕਿ ਉਹ ਯਿਸੂ ਮਸੀਹ ਦੇ ਨਾਲ ਨਾਲ ਚੱਲੇ, ਇਨਸਾਨ ਨੂੰ ਚਾਹੀਦਾ ਹੈ ਕਿ ਯਿਸੂ ਮਸੀਹ ਦੇ ਦਿੱਤੇ ਹੋਏ ਹੁਕਮਾਂ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਕਰੇ। ਅਸੀਂ ਪੜ੍ਹਿਆ ਹੈ ਪਹਿਲਾ ਤਿਮੋਥਿਅਸ 1:15 ਆਇਤ ਵਿੱਚ ਕਿ ਇਹ ਗੱਲ ਸੱਚੀ ਹੈ ਕਿ ਯਿਸੂ ਮਸੀਹ ਸਵਰਗ ਨੂੰ ਛੱਡ ਕੇ ਇਸ ਧਰਤੀ ਦੇ ਉੱਪਰ ਆਇਆ ਹੈ ਤੇ ਉਹ ਪਾਪੀਆਂ ਨੂੰ ਬਚਾਉਣ ਦੇ ਲਈ ਆਇਆ ਹੈ, ਉਹਨਾਂ ਦੇ ਪਾਪ ਨੂੰ ਆਪਣੇ ਉੱਪਰ ਚੁੱਕਣ ਦੇ ਲਈ ਆਇਆ ਹੈ ਯਿਸੂ ਮਸੀਹ। ਔਰ ਪਰਮੇਸ਼ਰ ਕਹਿ ਲੋਕੋ ਅੱਜ ਦੀ ਖੁਸ਼ਖਬਰੀ ਇਹੀ ਹੈ ਕਿ ਯਿਸੂ ਮਸੀਹ ਮੇਰੇ ਲਈ ਤੇ ਤੁਹਾਡੇ ਲਈ ਇਸ ਸੰਸਾਰ ਦੇ ਲਈ ਧਰਤੀ ਦੇ ਉੱਤੇ ਆਇਆ ਹੈ। ਹਾਲੇਲੂਯਾ 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 ਹਾਲੇਲੂਯਾ। ਅੱਜ ਦੀ ਕਹਿਤ ਅਸੀਂ ਹੋਰ ਪੜਾਂਗੇ, ਦੂਸਰਾ ਕਰੰਥੀਆਂ 5:5 ਉਹਦੀ 17 ਪੜਾਂਗੇ ਅਸੀਂ, ਦੂਸਰਾ ਕਰੰਥੀਆਂ 5:5 ਉਹਦੀ 17। ਪਰਮੇਸ਼ਵਰ ਇੱਕ ਇੱਕ ਜੀਵਨ ਦੇ ਵਿੱਚ ਕੰਮ ਕਰਦਾ ਹੈ, ਪੜਾਂਗੇ ਅਸੀਂ। ਸੋ ਜੇ ਕੋਈ ਮਸੀਹ ਦੇ ਵਿੱਚ ਹੈ ਉਹ ਕੀ ਹੈ? ਨਵੀਂ ਸ੍ਰਿਸ਼ਟੀ ਹੈ। ਹਾਲੇਲੂਯਾ ਹਾਲੇਲੂਯਾ। ਜੋ ਕੋਈ ਮਸੀਹ ਦੇ ਵਿੱਚ ਹੈ, ਜੋ ਕੋਈ ਯਿਸੂ ਮਸੀਹ ਦੇ ਨਾਲ ਹੈ, ਜੋ ਕੋਈ ਯਿਸੂ ਮਸੀਹ ਦੇ ਪਿੱਛੇ ਪਿੱਛੇ ਚੱਲਦਾ ਹੈ, ਪਰਮੇਸ਼ਰ ਕਹਿ ਲੋਕੋ ਬਾਈਬਲ ਬਿਆਨ ਕਰਦੀ ਹੈ ਕਿ ਉਹ ਇੱਕ ਨਵੀਂ ਸ੍ਰਿਸ਼ਟੀ ਹੈ। ਉਸ ਇਨਸਾਨ ਦਾ ਜੀਵਨ ਜਿਹੜਾ ਬਦਲ ਜਾਂਦਾ ਹੈ, ਉਸ ਇਨਸਾਨ ਦੇ ਕੰਮ ਬਦਲ ਜਾਂਦੇ ਹਨ, ਉਸ ਇਨਸਾਨ ਦੀਆਂ ਬਿਮਾਰੀਆਂ ਜੀਵਨ ਦੇ ਵਿੱਚੋਂ ਦੂਰ ਚਲੀਆਂ ਜਾਂਦੀਆਂ ਹਨ, ਉਸ ਇਨਸਾਨ ਦੇ ਜੀਵਨ ਦੇ ਵਿੱਚੋਂ ਦੁੱਖ ਦੂਰ ਚਲੇ ਜਾਂਦੇ ਹਨ। ਬਾਈਬਲ ਕਹਿੰਦੀ ਹੈ ਕਿ ਜਿਹੜਾ ਮਸੀਹ ਦੇ ਵਿੱਚ ਹੈ, ਜਿਹੜਾ ਯਿਸੂ ਮਸੀਹ ਦੇ ਵਿੱਚ ਹੈ, ਉਹ ਇੱਕ ਨਵੀਂ ਸ੍ਰਿਸ਼ਟੀ ਹੈ। ਉਸਦਾ ਖੁਦ ਦਾ ਜੀਵਨ ਬਦਲਦਾ ਹੈ, ਉਸਦੇ ਖੁਦ ਦੇ ਖਿਆਲ ਔਰ ਵਿਚਾਰ ਔਰ ਪਰਮੇਸ਼ਰ ਕਹਿ ਲੋਕੋ ਹੋਰ